ਸਤਿ ਸ਼੍ਰੀ ਅਕਾਲ, ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਮੈਂ ਤੁਹਾਡੇ ਨਾਲ ਮਨਪ੍ਰਤਿੰਦਰ ਸ਼ਰਮਾ। ਹਰ ਵਾਰ ਦੀ ਤਰ੍ਹਾਂ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪਹਿਲਾ ਸਵਾਲ ਬੜਾ ਮਜ਼ੇਦਾਰ ਹੈ। ਪਹਿਲਾਂ ਆਸਾ ਰਾਮ ਜੀ ਨੂੰ ਜੇਲ੍ਹ ਹੋਈ, ਫਿਰ ਡੇਰਾ ਮੁਖੀ ਰਾਮ ਰਹੀਮ ਉਹ ਜੇਲ੍ਹ 'ਚ ਚਲੇ ਗਏ, ਅਤੇ ਹੁਣ ਬਾਬਾ ਰਾਮਦੇਵ ਦੀ ਵਾਰੀ ਹੈ। ਬਾਬਾ ਰਾਮਦੇਵ ਦੇ ਬਾਰੇ ਇੱਕ ਲੇਖਿਕਾ ਨੇ ਆਪਣੀ ਕਿਤਾਬ ਦੇ ਵਿੱਚ ਕਈ ਖੁਲਾਸਾ ਕੀਤਾ, ਜਿਹੜੇ ਕਿ ਚਰਚਾ ਦਾ ਵਿਸ਼ੇ ਬਣ ਚੁੱਕੀ ਹੈ। ਇਸ ਕਿਤਾਬ ਦੀ ਪੂਰੀ ਕਹਾਣੀ ਕੀ ਹੈ? ਦੇਖੋ ਮਨਪ੍ਰੀਤ ਜੀ, ਮੈਂ ਇਹ ਤਾਂ ਨਹੀਂ ਸਮਝਦਾ ਕਿ ਰਾਮ ਰਹੀਮ ਦੀ ਵਾਰੀ ਉਸ ਤਰ੍ਹਾਂ ਦੀ ਆ ਜਾਏਗੀ। ਕੁਫਰ ਟੁੱਟਾ ਖੁਦਾ ਖੁਦਾ ਕਰਕੇ ਆਸਾ ਰਾਮ ਦੇ ਖਿਲਾਫ ਬੜੇ ਚਿਰ ਦਾ ਰੌਲਾ ਪੈਂਦਾ ਸੀ। ਉਹਨੂੰ ਜੇਲ੍ਹ ਜਾਂਦਿਆਂ ਜਾਂਦਿਆਂ 7-8 ਸਾਲ ਲੱਗ ਗਏ। ਰਾਮ ਰਹੀਮ ਦੇ ਖਿਲਾਫ ਰੌਲਾ ਪੈਂਦਾ ਸੀ, ਉਹਨੂੰ ਜੇਲ੍ਹ ਜਾਂਦਿਆਂ ਜਾਂਦਿਆਂ 18 ਸਾਲ ਲੱਗ ਗਏ। ਹੁਣ ਵਾਰੀ ਆ ਗਈ ਇਹਦੀ ਯੋਗੀ ਬਾਬਾ ਰਾਮਦੇਵ ਦੀ ਜੀ। ਯੋਗੀ ਬਾਬਾ ਰਾਮਦੇਵ ਦੇ ਖਿਲਾਫ ਰੌਲਾ ਪਹਿਲਾਂ ਵੀ ਪੈਂਦਾ ਸੀ, ਹੁਣ ਜਿਹੜੀ ਤਾਜ਼ਾ ਕਿਤਾਬ ਆਈ ਹੈ ਇਹਦੇ ਨਾਲ ਰੌਲਾ ਵੱਧ ਰਿਹਾ। ਪਰ ਫਟਾਫਟ ਉੱਥੇ ਨਹੀਂ ਜਾਣਾ ਜਿੱਥੇ ਉਹ ਦੋਵੇਂ ਜਣੇ ਅੱਡ ਅੱਡ ਜ਼ਿਲ੍ਹਿਆਂ 'ਚ ਗਏ ਨੇ। ਜਾਂ ਤਾਂ ਇਹਦਾ ਕੁਛ ਵਿਗੜਨਾ ਨਹੀਂ, ਇਹ ਬਹੁਤ ਤਿਲਕਵੀਂ ਮੱਛੀ ਆ। ਜਿੰਨਾ ਚਿਰ ਕਾਂਗਰਸੀ ਸਰਕਾਰਾਂ ਰਹੀਆਂ, ਇਹ ਕਾਂਗਰਸੀ ਸਰਕਾਰਾਂ ਦਾ ਸਭ ਤੋਂ ਵੱਡਾ ਫਰਮਾ ਬਰਦਾਰ ਹੁੰਦਾ ਸੀ। ਕਿਹੜੀ ਕਾਂਗਰਸੀ ਸਰਕਾਰ ਸੀ ਜਿਹਨੇ ਆਪਣੀ ਪਤੰਜਲੀ ਪੇਠ ਵਾਸਤੇ ਜਿਹਦੇ ਤੋਂ ਇਹਨੇ ਪਲਾਟ ਨਹੀਂ ਲਏ, ਅਤੇ ਜਦੋਂ ਉਹ ਸਰਕਾਰਾਂ ਜਾਣ ਲੱਗੀਆਂ ਇਹਨੇ ਮੌਸਮੀ ਕੁੱਕੜ ਵਾਂਗੂ ਇਹ ਵੇਖ ਲਿਆ ਕਿ ਹਵਾ ਆ ਰਹੀ ਆ, ਬੀਜੇਪੀ ਆਉਣ ਲੱਗੀ, ਬੀਜੇਪੀ ਨਾਲ ਇਹਨੇ ਪਹਿਲਾਂ ਸਾਂਝ ਪਾ ਲਈ ਜੀ, ਇਹ ਬੀਜੇਪੀ ਦਾ ਅਤੇ ਬੀਜੇਪੀ ਇਹਦੀ। ਫਿਰ ਬੀਜੇਪੀ ਨੇ ਇਹਨੂੰ ਇੰਨੇ ਜ਼ਿਆਦਾ ਪਲਾਟ ਦਿੱਤੇ, ਇੰਨੀਆਂ ਜ਼ਿਆਦੀਆਂ ਗਰਾਂਟਾਂ ਦਿੱਤੀਆਂ ਕਿ ਸਾਧ ਛਾ ਗਿਆ। ਇਹਦੇ ਚੇਲੇ ਐਮ ਪੀ ਬਣ ਗਏ, ਇਹਦੇ ਚੇਲੇ ਮੰਤਰੀ ਬਣ ਗਏ। ਰਾਮਦੇਵ 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 ਇੱਥੇ ਕਹਿੰਦਾ ਕਿ ਵਿਦੇਸ਼ੀ ਮਾਲ ਕੋਈ ਵਿਕਣ ਨਹੀਂ ਦੇਣਾ ਜੀ, ਅਸਲੀ ਆਜ਼ਾਦੀ ਤਾਂ ਆਓ, ਬਾਹਰਲੇ ਦੇਸ਼ਾਂ ਜਾ ਕੇ ਤਰਲੇ ਕੱਢਦਾ ਕਿ ਮੇਰਾ ਮਾਲ ਇੱਥੇ ਵਿਕਵਾਓ, ਜੇ ਬਾਹਰ ਦਾ ਨਹੀਂ ਵਿਕਣ ਦੇਣਾ ਤਾਂ ਆਪਣਾ ਉੱਥੇ ਬਾਹਰ ਕਾਹਨੂੰ ਭੇਜਣਾ। ਉਹ ਵੀ ਬੜੀ ਦੋਗਲੀ ਜੀ ਸ਼ਖਸੀਅਤ ਹੈ। ਇਹਦੇ ਉੱਤੇ ਇੱਕ ਵਾਰੀ ਦੋਸ਼ ਲੱਗਾ ਸੀ ਪਾਰਲੀਮੈਂਟ ਦੇ ਵਿੱਚ, ਸੀ ਪੀ ਆਈ ਐੱਮ ਦੀ ਲੀਡਰ ਵਰਿੰਦਾ ਕ੍ਰਿਤ ਨੇ ਆਖਿਆ ਸੀ ਕਿ ਇਹਦੇ ਚੇਲਿਆਂ ਨੇ ਲਿਖਤੀ ਬਿਆਨ ਦਿੱਤੇ ਹੈ ਕਿ ਦਵਾਈਆਂ 'ਚ ਪਾਉਣ ਵਾਸਤੇ ਆਪਣੇ ਬੰਦੇ ਇਹ ਭੇਜਦਾ, ਅਤੇ ਸਿਵੇ ਬਲਦਿਆਂ ਦੇ ਵਿੱਚੋਂ ਮੁਰਦਿਆਂ ਦੇ ਸਿਰ ਵਿੱਚੋਂ ਮਿੱਝ ਕੱਢ ਕੇ, ਮਿੱਝ ਇੱਕ ਕਿਸਮ ਦੀ ਜੈੱਲ ਹੁੰਦੀ ਹੈ, ਉਹ ਕੱਢ ਕੇ ਲਿਆ ਕੇ ਦਵਾਈਆਂ 'ਚ ਪਾਉਂਦਾ। ਇਹਨਾਂ ਦਾ ਜਵਾਬ ਨਹੀਂ ਸੀ ਦਿੱਤਾ, ਅਤੇ ਪਾਰਲੀਮੈਂਟ ਦੇ ਵਿੱਚ ਇਹਦਾ ਬਚਾਅ ਕੀਤਾ ਲਾਲੂ ਪ੍ਰਸਾਦ ਯਾਦਵ ਨੇ ਜੀ। ਚੋਣਾਂ ਦੇ ਵਿੱਚ ਬੀਜੇਪੀ ਨਾਲ ਸਾਂਝ ਸੀ, ਇਹ ਲਾਲੂ ਦੇ ਖਿਲਾਫ ਬੋਲਣ ਚਲਾ ਗਿਆ, ਅਤੇ ਲਾਲੂ ਨੇ ਕਿਹਾ ਇਹਨੂੰ ਸ਼ਰਮ ਆਉਣੀ ਚਾਹੀਦੀ ਆ, ਜਦੋਂ ਇਹ ਫਸ ਗਿਆ ਸੀ ਪਾਰਲੀਮੈਂਟ 'ਚ ਇਹਦਾ ਬਚਾਅ ਮੈਂ ਕੀਤਾ ਸੀ, ਅਤੇ ਕੀਤਾ ਇਸ ਕਰਕੇ ਸੀ ਕਿ ਇਹਨੇ ਮੈਨੂੰ ਆ ਕੇ ਕਿਹਾ ਸੀ ਮੈਂ ਤੋ ਆਪਕਾ ਯਾਦਵ ਭਾਈ ਹੂੰ, ਆਪ ਵੀ ਯਾਦਵ ਮੈਂ ਵੀ, ਆਪ ਮੁਝੇ ਬਚਾਈਏ। ਉਹ ਚੀਜ਼ ਹੈ। ਹੁਣ ਇੱਕ ਕੁੜੀ ਨੇ, ਪ੍ਰਿਯੰਕਾ ਨੇ ਕਿਤਾਬ ਲਿਖ ਦਿੱਤੀ। ਅੱਜ ਕੱਲ੍ਹ ਪ੍ਰਿਯੰਕਾ ਬੜੀਆਂ ਚਰਚਾ ਵਿੱਚ ਨੇ, ਕੋਈ ਪ੍ਰਿਯੰਕਾ ਗਾਂਧੀ ਹੈ, ਕੋਈ ਪ੍ਰਿਯੰਕਾ ਚੋਪੜਾ ਹੈ, ਇੱਕ ਨਹੀਂ ਸਾਰੀਆਂ ਪ੍ਰਿਯੰਕਾ ਨੇ ਅੱਜ ਕੱਲ੍ਹ ਜੀ। ਹੁਣ ਇੱਕ ਪ੍ਰਿਯੰਕਾ ਨਰਾਇਣ ਨਾਂ ਦੀ ਕੁੜੀ ਆ, ਉਹਨੇ ਕਿਤਾਬ ਲਿਖ ਦਿੱਤੀ, ਉਹ ਕਿਤਾਬ ਚਰਚਾ ਵਿੱਚ। ਉਸ ਕਿਤਾਬ ਦੀ ਵਿਕਰੀ ਪੈਰੋ ਪੈਰ ਵੱਧ ਰਹੀ ਆ, ਅਤੇ ਬਾਬਾ ਉਸ ਵਿਕਰੀ ਨੂੰ ਰੋਕਣ ਵਾਸਤੇ ਅਦਾਲਤ ਵਿੱਚ ਚਲਾ ਗਿਆ। ਨੈੱਟ ਦੇ ਉੱਤੇ ਸਾਰੀ ਕਿਤਾਬ ਪਹੁੰਚ ਚੁੱਕੀ ਹੈ ਜੀ। ਉਸ ਕੁੜੀ ਦੀ ਇੰਟਰਵਿਊ ਮੈਂ ਪੜ੍ਹੀ ਆ, ਉਹ ਕਹਿੰਦੀ ਹੈ ਕਿ ਮੈਨੂੰ ਪਬਲਿਸ਼ਰ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ 5 ਅੱਜ ਦੇ ਯੁੱਗ ਦੇ ਜਿਹੜੇ ਰਿਸ਼ੀ ਮੁਨੀ ਆ ਉਹਨਾਂ ਦੇ ਉੱਤੇ ਇੱਕ ਕਿਤਾਬ ਲਿਖੀ ਜਾਵੇ, 5 ਰਿਸ਼ੀਆਂ 'ਤੇ, ਅਤੇ ਬਹੁਤ ਵਿਕੂਗੀ। ਕਹਿੰਦੀ ਮੈਂ ਆਖਿਆ ਠੀਕ ਹੈ, ਮੈਂ ਰਾਈਟਰ ਹਾਂ, ਮੈਨੂੰ ਤੁਸੀਂ ਇੱਕ ਟਾਸਕ ਦਿੱਤਾ, ਮੈਂ ਕਰੂੰਗੀ। ਅਤੇ ਮੈਨੂੰ ਪਤਾ ਨਹੀਂ ਸੀ ਕਿ ਇਹ ਕਿੱਦਾਂ ਦਾ ਚੰਗਾ ਕਿ ਮਾੜਾ ਹੈ। ਮੈਂ ਆਖਿਆ ਜੀ 5 ਰਿਸ਼ੀਆਂ ਦੇ ਨਾਂ ਦੇ ਦਿਓ। ਅਤੇ ਮੈਂ ਇਹਦੀ ਬੜੀ ਉਪਾਸ਼ਕ ਸਾਂ, ਜਦੋਂ ਮੈਂ ਜਾ ਕੇ ਇਹਦੇ ਬਾਰੇ ਪੁਣਛਣ ਸ਼ੁਰੂ ਕੀਤੀ, ਪੁਣਛਣ ਕਰਦਿਆਂ ਕਰਦਿਆਂ ਮੇਰੀਆਂ ਅੱਖਾਂ ਖੁੱਲਦੀਆਂ ਗਈਆਂ ਕਿ ਬੰਦਾ ਫਰਸ਼ 'ਤੇ ਹੁੰਦਾ ਸੀ, ਅਰਸ਼ 'ਤੇ ਪਹੁੰਚ ਗਿਆ, ਪਰ ਫਰਸ਼ ਤੋਂ ਅਰਸ਼ ਤੱਕ ਜਾਣ ਵਾਲੀ ਜਿਹੜੀ ਉਹਨੇ ਪੌੜੀ ਵਰਤੀ, ਜਿੰਨੀ ਵਾਰੀ ਇੱਕ ਡੰਡਾ ਉੱਪਰ ਚੜ੍ਹਦਾ ਰਿਹਾ, ਜਿਹੜੇ ਬੰਦੇ ਦੇ ਮੋਢੇ 'ਤੇ ਹੱਥ ਰੱਖ ਕੇ ਪੌੜੀ 'ਤੇ ਡੰਡਾ ਚੜ੍ਹਦਾ ਸੀ, ਉਹ ਬੰਦਾ ਮੁੜ ਕੇ ਗਾਇਬ ਹੋ ਜਾਂਦਾ ਰਿਹਾ। ਉਹ ਕਹਿੰਦੀ ਇੱਕ ਸਾਧ ਦਾ ਚੇਲਾ ਬਣਿਆ ਜੀ, ਉਹ ਸਵਾਮੀ ਜੀ ਨੇ ਇਹਨੂੰ ਆਪਣੇ ਆਸ਼ਰਮ ਵਿੱਚ ਲਿਆਂਦਾ, ਬਾਕੀਆਂ ਨੂੰ ਪਿੱਛੇ ਛੱਡ ਕੇ ਇਹਨੂੰ ਵੱਡਾ ਚੇਲਾ ਬਣਾਇਆ। ਇੱਕ ਦਿਨ ਸਵਾਮੀ ਜੀ ਬਾਬਾ ਹਨੇਰੇ ਉੱਠ ਕੇ ਸੈਰ ਨੂੰ ਗਏ,
ਅਤੇ ਮੁੜ ਕੇ ਉਹ ਲੱਭੇ ਹੀ ਨਹੀਂ ਅਤੇ ਇਹਨੇ ਜਾ ਕੇ ਥਾਣੇ 'ਚ ਇੱਕ ਰਿਪੋਰਟ ਦਰਜ ਕਰਾ ਦਿੱਤੀ ਕਿ ਸਾਡੇ ਗੁਰੂ ਜੀ ਲੱਭਦੇ ਨਹੀਂ ਅਤੇ ਦੂਸਰੀ ਵਾਰ ਥਾਣੇ ਕਦੇ ਪੁੱਛਣ ਹੀ ਨਹੀਂ ਗਿਆ ਕਿ ਮੇਰੇ ਗੁਰੂ ਦਾ ਕੀ ਬਣਿਆ ਪੁੱਛਣ ਕਿਉਂ ਨਹੀਂ ਗਿਆ ਅਤੇ ਪੁਲਿਸ ਜਿੱਦਾਂ ਕਰਦੀ ਹੁੰਦੀ ਪੁਲਿਸ ਨੇ ਲਿਖਤਾ ਕਿ ਉਹ ਸਵਾਮੀ ਦਾ ਕੇਸ ਤਾਂ ਜੀ ਅਨਟਰੇਸ ਹੋ ਗਿਆ ਕਹਿੰਦੀ ਉਹਦੇ ਤੋਂ ਬਾਅਦ ਇੱਕ ਯੋਗੀ ਹੁੰਦਾ ਸੀ ਜਿਹਦੇ ਕੋਲ ਉਹਨੇ ਫਾਰਮੂਲੇ ਲਏ ਅਤੇ ਆਯੁਰਵੈਦਿਕ ਦਵਾਈਆਂ ਬਣਾਉਣੀਆਂ ਸ਼ੁਰੂ ਕੀਤੀਆਂ ਜੀ ਅਤੇ ਆਯੁਰਵੈਦਿਕ ਦਵਾਈਆਂ ਵੇਚਣ ਲੱਗ ਪਿਆ ਜਦੋਂ ਵਿਕਣ ਲੱਗ ਪਈਆਂ ਫਿਰ ਉਸ ਯੋਗੀ ਦਾ ਕਤਲ ਹੋ ਗਿਆ ਉਹਦੇ ਵਾਲੀਆਂ ਦਵਾਈਆਂ ਉਹ ਫਾਰਮੂਲੇ ਨਾ ਬਦਲ ਕੇ ਮੁੜ ਕੇ ਉਹਨੇ ਪਤੰਜਲੀ ਦੇ ਆਪਣੇ ਵਰਤਣ ਲੱਗ ਪਿਆ ਫਿਰ ਇੱਕ ਹੋਰ ਸਵਾਮੀ ਸੀ ਉਹਨੇ ਆਸਥਾ ਚੈਨਲ ਚਲਾਇਆ ਇਹਨੇ ਜਿਹੜਾ ਚੈਨਲ ਚਲਾਇਆ ਸੀ ਉਹ ਚੈਨਲ ਇਹਨੇ ਵਰਤਣਾ ਸ਼ੁਰੂ ਕੀਤਾ ਜਦੋਂ ਹੌਲੀ ਹੌਲੀ ਇਹ ਪ੍ਰਸਿੱਧ ਹੋ ਗਿਆ ਫਿਰ ਉਹ ਚੈਨਲ ਚਲਾਉਣ ਵਾਲਾ ਯੋਗੀ ਗਾਇਬ ਹੋ ਗਿਆ ਉਹਦੇ ਬਾਅਦ ਇਹਦੇ ਕੋਲ ਇੱਕ ਇਹੋ ਜਿਹਾ ਆਯੁਰਵੈਦਿਕ ਦਾ ਸਿਆਣਾ ਡਾਕਟਰ ਸੀ ਪੜ੍ਹਿਆ ਲਿਖਿਆ ਮੁੰਡਾ ਸੀ ਉਹਨੂੰ ਇਹ ਵਰਤਦਾ ਰਿਹਾ ਉਹ ਸੈਮੀਨਾਰਾਂ 'ਚ ਜਾਂਦਾ ਰਿਹਾ ਇੱਕ ਵਾਰੀ ਬਹੁਤ ਉੱਚੇ ਪੱਧਰ ਦਾ ਸੈਮੀਨਾਰ ਸੀ ਬਹੁਤ ਵਧੀਆ ਸਮਾਗਮ ਜਿਹਦੇ 'ਚ ਇਹ ਅਤੇ ਉਹ ਦੋਵੇਂ ਇਕੱਠੇ ਸੀ ਸਮਾਗਮ ਖਤਮ ਹੋ ਗਿਆ ਸਮਾਪਤੀ 'ਤੇ ਉਹ ਮੁੰਡਾ ਬਾਥਰੂਮ ਗਿਆ ਅਤੇ ਉੱਥੇ ਜਾ ਕੇ ਕਹਿੰਦੇ ਆ ਕਿ ਉਹਨੂੰ ਹਾਰਟ ਅਟੈਕ ਹੋ ਗਿਆ ਉਹ ਮਰ ਗਿਆ ਵਾਪਸ ਲਿਆਂਦਾ ਅਤੇ ਕਹਿੰਦੇ ਜੀ ਹਾਰਟ ਅਟੈਕ ਹੋ ਗਿਆ ਉਹਨੂੰ ਹੁਣ ਸਵੇਰੇ ਜਲਦੀ ਆਪਾਂ ਇਹਦਾ ਅੰਤਿਮ ਸੰਸਕਾਰ ਕਰ ਦੇਣਾ ਅਤੇ ਸਵੇਰ ਤੱਕ ਲਾਸ਼ ਉਹਦੀ ਸਾਰਾ ਰੰਗ ਹੀ ਬਦਲ ਗਿਆ ਨੀਲੀ ਹੋ ਗਈ ਲੋਕਾਂ ਆਖਿਆ ਇਹਨੂੰ ਕੁਛ ਦਿੱਤਾ ਗਿਆ ਜੀ ਇਹਦਾ ਪੋਸਟਮਾਰਟਮ ਕਰਾਓ ਕਹਿੰਦੇ ਨਹੀਂ ਨਹੀਂ ਪੋਸਟਮਾਰਟਮ ਤੋਂ ਪਹਿਲਾਂ ਫੜ ਕੇ ਉਹਨੂੰ ਅੰਦਰ ਦੇ ਦਿੱਤਾ ਗਿਆ ਉਹਨੇ ਇਹੋ ਜਿਹੀ ਇੱਕ ਲੰਬੀ ਲਿਸਟ ਬਣਾਈ ਹੈ ਕਿ ਬਾਬਾ ਜਦੋਂ ਅਰਸ਼ ਵੱਲ ਨੂੰ ਜਾਂਦੀ ਪੌੜੀ ਦੇ ਉੱਤੇ ਇੱਕ ਡੰਡਾ ਚੜ੍ਹਦਾ ਸੀ ਉਦੋਂ ਇੱਕ ਬੰਦਾ ਗਾਇਬ ਹੁੰਦਾ ਇੱਕ ਡੰਡਾ ਚੜ੍ਹਦਾ ਸੀ ਇੱਕ ਬੰਦਾ ਗਾਇਬ ਹੁੰਦਾ ਸੀ ਇਹ ਕਿਤਾਬ ਜਦੋਂ ਪ੍ਰਿਯੰਕਾ ਨਾਰਾਇਣ ਦੀ ਚਰਚਾ 'ਚ ਆਈ ਅਤੇ ਲੋਕਾਂ 'ਚ ਤਰ੍ਹਾਂ ਤਰ੍ਹਾਂ ਗੱਲ ਚੱਲਣ ਲੱਗ ਪਈ ਔਰ ਜਿਹੜੇ ਨੈਸ਼ਨਲ ਲੈਵਲ ਦੇ ਪੇਪਰ ਨੇ ਜੀ ਉਹਨਾਂ ਨੇ ਰਿਵਿਊ ਛਾਪੇ ਬਾਬਾ ਅਦਾਲਤ ਵਿੱਚ ਚਲਾ ਗਿਆ ਜੀ ਇਹ ਕਿਤਾਬ ਰੋਕ ਦਿਓ ਇਹ ਛਪਣੀ ਨਹੀਂ ਚਾਹੀਦੀ ਹੁਣ ਉਹ ਕੁੜੀ ਠੀਕ ਹੈ ਕਿ ਬਾਬਾ ਠੀਕ ਹੈ ਇਹਦੇ ਕੋਲ ਪਤਾ ਲੱਗਣਾ ਚਾਹੀਦਾ ਕੇਸ ਅਦਾਲਤ ਵਿੱਚ ਹੈ ਔਰ ਨੈੱਟ ਦੇ ਉੱਤੇ ਇੰਨਾ ਕੁਛ ਪੈ ਗਿਆ ਇਹਦੇ ਬਾਰੇ ਬਾਬੇ ਨੂੰ ਕੁਝ ਨਾ ਕੁਝ ਸਪਸ਼ਟੀਕਰਨ ਦੇਣਾ ਚਾਹੀਦਾ ਸਪਸ਼ਟੀਕਰਨ ਕੋਈ ਨਹੀਂ ਬਾਬਾ ਚੁੱਪ ਆ ਲੋਕ ਕਹਿੰਦੇ ਜੀ ਚੁੱਪ ਇਸ ਕਰਕੇ ਆ ਕਿਉਂਕਿ ਸਈਆਂ ਪੈ ਕੋਤਵਾਲ ਅਬ ਡਰ ਕਾਹੇ ਕਾ ਜਿਨ੍ਹਾਂ ਦੀ ਸਰਕਾਰ ਉਹਨਾਂ ਨਾਲ ਜਦੋਂ ਇੰਨੀ ਨੇੜਤਾ ਹੋਵੇ ਜੀ ਅਤੇ ਬਾਬੇ ਦਾ ਵਿਗੜਨਾ ਕੁਛ ਨਹੀਂ ਪਰ ਉਹ ਕੁੜੀ ਆਪਣੇ ਥਾਂ ਦੇ ਉੱਤੇ ਖੜੀ ਹੈ ਜਿਹਨੇ ਉਹ ਕਿਤਾਬ ਲਿਖੀ ਹੈ ਕਹਿੰਦੀ ਜੀ ਇਹਨਾਂ ਸਾਰੇ ਕਿਸਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਜੀ ਪਨੂ ਸਾਹਿਬ ਅਗਲੇ ਸਵਾਲ ਤੋਂ ਪਹਿਲਾਂ ਅਸੀਂ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ ਜਦ ਵਾਪਸ ਆਵਾਂਗੇ ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚ ਦੇਖ ਸਕਦੇ ਹੋ ਰੀਅਲ ਟੀਵੀ ਚੈਨਲ ਨੰਬਰ 160 ਐਂਡ 361 ਲਾਈਵ ਟੀਵੀ ਚੈਨਲ ਨੰਬਰ 225 ਕਰੂਜ਼ ਟੀਵੀ ਚੈਨਲ ਨੰਬਰ 111 ਸ਼ਾਵਾ ਟੀਵੀ ਚੈਨਲ ਨੰਬਰ 399 ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ ਸਮਾਰਟ ਟੀਵੀ ਯੱਪ ਟੀਵੀ ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਇਸ ਦੇ ਨਾਲ ਹੀ ਅਸੀਂ ਐਕਸਬਾਕਸ PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ ਤੇ ਸਭ ਤੋਂ ਜ਼ਰੂਰੀ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਪਨੂ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਕੀਤਾ ਗਿਆ ਇਤਰਾਜ਼ ਹੋਇਆ ਤਾਂ ਬਾਅਦ ਵਿੱਚ ਇਹਦੇ ਵਿੱਚ ਸੋਧ ਕੀਤੀ ਗਈ ਫਿਰ ਦੁਬਾਰਾ ਸੋਧ ਕੀਤੀ ਗਈ ਅਤੇ ਹੁਣ ਗੁਰਪੁਰਬ ਮਨਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਇਸ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਪਹਿਲਾਂ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੁੰਦੀ ਅਚਾਨਕ ਸਵਾਲ ਉੱਠਿਆ ਖਾਲਸੇ ਦੇ 300 ਸਾਲਾਂ ਸਮਾਗਮਾਂ ਦੇ ਵੇਲੇ ਕਿ ਬਿਕਰਮੀ ਕੈਲੰਡਰ ਤਾਂ ਹਿੰਦੂਆਂ ਦਾ ਕੈਲੰਡਰ ਹੈ ਜੀ ਹਿਜਰੀ ਮੁਸਲਮਾਨਾਂ ਦਾ ਗਰੀ ਗੋਰੀਅਨ ਰੋਮਨ ਇਹ ਕ੍ਰਿਸ਼ਨਾਂ ਦੇ ਹੋ ਗਏ ਸਾਡਾ ਸਿੱਖਾਂ ਦਾ ਇੱਕ ਕੈਲੰਡਰ ਚਾਹੀਦਾ ਉਹ ਕੈਲੰਡਰ ਜਦੋਂ ਬਣਾਉਣਾ ਸੀ ਫਿਰ ਚਰਚਾ ਚੱਲ ਪਈ ਬਣਾਉਣ ਦੀ ਲੋੜ ਨਹੀਂ ਬਣਿਆ ਪਿਆ ਉਹਦੀ ਪੁਣਛਾਣ ਕਰ ਲਓ ਪੜਤਾਲ ਕਰ ਲਓ ਜੀ ਉਸ ਪੜਤਾਲ ਦੇ ਨਾਂ ਦੇ ਉੱਤੇ ਕੈਲੰਡਰ ਵਾਲੇ ਬੰਦੇ ਨੂੰ ਸੱਦਿਆ ਗਿਆ ਪਾਲ ਸਿੰਘ ਪੁਰੇਵਾਲ ਨਾਂ ਦਾ ਬਜ਼ੁਰਗ ਮੈਂ ਨਿੱਜੀ ਤੌਰ ਦੇ ਉੱਤੇ ਇਹ ਸਮਝਦਾ ਸੀ ਕਿ ਇਸ ਕੈਲੰਡਰ ਦੀ ਸਿੱਖਾਂ ਨੂੰ ਲੋੜ ਨਹੀਂ ਸੀ ਜੇ ਹੁਣ ਤੱਕ 400 ਸਾਲ ਹੋ ਗਏ ਚੱਲਦਾ ਪਿਆ ਅਤੇ ਹੁਣ ਕੰਮ ਚੱਲੀ ਜਾਂਦਾ ਸੀ ਜਿਹੜਾ ਰਵਾਇਤ ਦੇ ਮੁਤਾਬਕ ਇੱਕ ਕੈਲੰਡਰ ਪਹਿਲਾਂ ਵਰਤਦੇ ਆਏ ਹਾਂ ਹੁਣ ਤਾਂ ਉਹ ਵੀ ਨਹੀਂ ਵਰਤਦੇ ਹੁਣ ਤਾਂ ਰੋਮਨ ਕੈਲੰਡਰ ਵਰਤ ਰਹੇ ਹਾਂ ਜੀ
ਆ ਹੁਣ ਰਾਸ਼ਟਰੀ ਸਿੱਖ ਸੰਗਤ ਨਾਲ ਰੌਲਾ ਪਿਆ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਜਿੰਨੀਆਂ ਚਿੱਠੀਆਂ ਲਿਖੀਆਂ ਨੇ, ਜਿਹੜੀਆਂ 2004 'ਚ ਲਿਖੀਆਂ, 2001 'ਚ ਲਿਖੀਆਂ ਨੇ, ਉਹ ਸਾਰੀਆਂ ਦੇ ਉੱਤੇ ਨਾਨਕਸ਼ਾਹੀ ਦਾ ਕੋਈ ਜ਼ਿਕਰ ਹੀ ਨਹੀਂ ਗਾ, ਬਿਕਰਮੀ ਦਾ ਵੀ ਜ਼ਿਕਰ ਨਹੀਂ ਉਹਨਾਂ ਦੇ ਉੱਤੇ। ਅਤੇ ਜੂਨ ਅਤੇ ਜੁਲਾਈ ਇਹ ਲਿਖੇ ਨੇ ਅਤੇ 2004 ਲਿਖਿਆ, ਉਹ ਤਾਂ ਸਾਰਾ ਰੋਮਨ ਵਰਤਿਆ ਅਤੇ ਵਰਤੇ ਤੁਸੀਂ ਆਪ ਵੀ ਨਹੀਂ। ਅਤੇ ਫਿਰ ਇਸ ਕੈਲੰਡਰ ਦੀ ਲੋੜ ਕੀ ਸੀ? ਬੇਲੋੜੇ ਵਿਵਾਦ ਖੜ੍ਹੇ ਕੀਤੇ ਗਏ, ਇਹ ਮੇਰੀ ਰਾਏ ਸੀ। ਹੁਣ ਮੈਂ ਉਸ ਰਾਏ 'ਤੇ ਨਹੀਂ ਗਾ। ਹੁਣ ਹੋਇਆ ਕੀ ਕਿ ਉਹਨੇ ਬੰਦੇ ਨੇ ਕੈਲੰਡਰ ਲਿਆ ਤਾ, ਉਸ ਕੈਲੰਡਰ ਦੇ ਮੁਤਾਬਕ ਇਹਨਾਂ ਨੇ ਪਹਿਲਾਂ ਬੜੀ ਪੁਣ ਛਾਣ ਕਰਦੇ ਰਹੇ, ਫਿਰ ਕੈਲੰਡਰ ਪ੍ਰਵਾਨ ਕਰ ਲਿਆ ਅਤੇ ਉਸ ਪ੍ਰਵਾਨ ਕੀਤੇ ਕੈਲੰਡਰ ਨੂੰ ਦੁਨੀਆ ਭਰ ਦੇ ਵਿੱਚ ਪ੍ਰਵਾਨ ਕਰ ਲਿਆ ਗਿਆ ਸਿੱਖਾਂ ਨੇ। ਇੱਥੋਂ ਤੱਕ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਸਾਡੇ ਹਿੰਦੁਸਤਾਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਝਗੜਾ ਪਾਈ ਪਈ ਸੀ, ਉਹਨਾਂ ਨੇ ਵੀ ਪ੍ਰਵਾਨ ਕਰ ਲਿਆ ਜੀ, ਠੀਕ ਹੈ ਅਕਾਲ ਤਖ਼ਤ ਨੇ ਮਨਜ਼ੂਰ ਕੀਤਾ ਅਤੇ ਅਸੀਂ ਲਾਗੂ ਕਰ ਦਿੰਦੇ ਹਾਂ। ਸਾਡੇ ਪੰਜਾਬ ਦੇ ਕੁਝ ਸਾਧਾ ਸੰਤਾਂ ਨੂੰ ਪ੍ਰਵਾਨ ਨਹੀਂ ਸੀ, ਕਿਉਂਕਿ ਇਹਨਾਂ ਨੂੰ ਸੁਧੀ ਵਧੀ ਸੰਗਰਾਂਦ ਮੱਸਿਆ ਪੁੰਨਿਆ, ਜਿਹਦੇ 'ਚ ਬੀਬੀਆਂ ਨੇ ਆ ਕੇ ਹੱਥ ਵਿਖਾਉਣੇ ਹੁੰਦੇ ਆ, ਕੋਈ ਨਾ ਕੋਈ ਥੋੜ੍ਹਾ ਬਹੁਤ ਸ਼ਬਦ ਲੈਣਾ ਹੁੰਦਾ, ਉਹਦੇ ਨਾਲ ਪੂਜਾ ਪਾਠ ਅਤੇ ਚਾਰ ਪੈਸੇ ਬਣਦੇ ਸੀ, ਉਹਨਾਂ ਰੌਲਾ ਪਾਤਾ। ਉਸ ਰੌਲੇ ਦੇ ਉੱਤੇ ਫਿਰ ਕੈਲੰਡਰ ਸੋਧਿਆ ਗਿਆ। ਜਦੋਂ ਸੋਧਿਆ, ਕੁਝ ਕਮੇਟੀਆਂ ਨੇ ਲਾਗੂ ਕਰ ਲਿਆ, ਕੁਝ ਨੇ ਆਖਿਆ ਜੀ ਅਸੀਂ ਪਹਿਲਾਂ ਜਿਹੜਾ ਮੁੱਢਲਾ ਕੈਲੰਡਰ ਉਹ ਲਾਗੂ ਕਰਾਂਗੇ, ਰੌਲਾ ਫਿਰ ਪੈ ਗਿਆ। ਫਿਰ ਤੀਸਰੀ ਵਾਰੀ ਸੋਧਿਆ ਗਿਆ, ਫਿਰ ਕੁਝ ਲੋਕ ਪਹਿਲੇ ਮੁੱਢਲੇ ਕੈਲੰਡਰ ਨਾਲ, ਕੁਝ ਦੂਜੇ ਨਾਲ, ਕੁਝ ਤੀਜੀ ਵਾਰੀ ਸੋਧੇ ਨਾਲ, ਮੁੜ ਕੇ ਫਿਰ ਕਹਿੰਦੇ ਜੀ ਅਜੇ ਵੀ ਠੀਕ ਨਹੀਂ, ਜੀ ਅਜੇ ਵੀ ਠੀਕ ਨਹੀਂ ਤਾਂ ਕੀ ਹੋਵੇ। ਫਿਰ ਇੱਕ ਜਣੇ ਦੇ ਵਿੱਚੋਂ ਇਹ ਬਿਆਨ ਦੇ ਤਾ, ਕਹਿੰਦੇ ਜੀ ਹੁਣ ਇਹਨੂੰ ਸੋਧਾ ਹੀ ਲਾ ਦਿਓ। ਸੋਧਾ ਲਾ ਦਿਓ ਦਾ ਮਤਲਬ ਹੁੰਦਾ ਸਿੱਖਾਂ ਦੀ ਬੋਲੀ 'ਚ ਵੀ ਇਹਨੂੰ ਹੁਣ ਖਤਮ ਹੀ ਕਰ ਦਿਓ, ਇਹਦਾ ਝਟਕਾ ਕਰ ਦਿਓ, ਇਹ ਨਹੀਂ ਕੰਮ ਦਾ ਜੀ। ਇਹ ਸਾਰੀਆਂ ਗੱਲਾਂ ਉਹ ਬੰਦੇ ਕਰਦੇ ਆ ਜਿਹੜੇ ਇਲ ਦਾ ਨਾ ਕੋਕੋ ਨਹੀਂ ਜਾਣਦੇ, ਜਿਹਨਾਂ ਨੂੰ ਕੱਖ ਨਹੀਂ ਪਤਾ। ਮੈਂ ਇਸੇ ਸਾਲ ਜਦੋਂ ਮਈ ਦੇ ਵਿੱਚ ਕੈਨੇਡਾ 'ਚ ਸੀ, ਪ੍ਰਾਈਮ ਏਸ਼ੀਆ ਦੇ ਸਾਡੇ ਸੰਚਾਲਕ ਅਮਨ ਖਟਕਰ ਅਤੇ ਮੈਂ ਅਸੀਂ ਐਡਮੰਟਨ ਗਏ। ਉੱਥੇ ਮਈ ਦੀ ਗੱਲ ਨਹੀਂ, ਅਪ੍ਰੈਲ ਦੀ ਹੈ, ਵਿਸਾਖੀ ਦਾ ਨਗਰ ਕੀਰਤਨ ਸੀ ਜੀ। ਉਸ ਨਗਰ ਕੀਰਤਨ ਦੇ ਮੌਕੇ ਪਾਲ ਸਿੰਘ ਪੁਰੇਵਾਲ ਨੂੰ ਮਿਲ ਪਏ, ਬਜ਼ੁਰਗ ਆਦਮੀ। ਉਹਨੇ ਆਖਿਆ ਮੈਨੂੰ ਤੁਸੀਂ 5 ਮਿੰਟ ਦੇ ਦਿਓ। ਮੈਂ ਅਣਮੰਨਿਆ ਜਿਹਾ 5 ਮਿੰਟਾਂ ਵਾਸਤੇ ਉਹਨਾਂ ਨਾਲ ਗਿਆ। ਪੌੜੀਆਂ ਮੈਂ ਉੱਤਰ ਨਹੀਂ ਸਕਦਾ, ਮੈਂ ਔਖਾ ਹੋ ਕੇ ਪੌੜੀਆਂ ਉੱਤਰ ਕੇ ਉਹਨਾਂ ਦੇ ਬੇਸਮੈਂਟ 'ਚ ਗਿਆ, ਪਰ 5 ਮਿੰਟਾਂ ਦੇ ਬਜਾਏ ਮੇਰਾ 1.25 ਘੰਟਾ ਲੱਗ ਗਿਆ, ਕਿਉਂਕਿ ਦੁਨੀਆ ਦਾ ਕੋਈ ਦੇਸ਼ ਇਹੋ ਜਿਹਾ ਛੱਡਿਆ ਹੀ ਨਹੀਂ ਜਿਹਦੇ ਕੈਲੰਡਰਾਂ ਦੀ ਚੀੜਫਾੜ ਉਸ ਬੰਦੇ ਨੇ ਨਹੀਂ ਕੀਤੀ। ਦੁਨੀਆ ਦੀ ਕੋਈ ਜੰਤਰੀ, ਕੋਈ ਤਾਰਾ ਵਿਗਿਆਨ ਉਸ ਬੰਦੇ ਨੇ ਨਹੀਂ ਛੱਡਿਆ, ਉਹਨੇ ਸਭ ਫੋਲੇ ਪਏ ਆ। ਔਰ ਇੰਨਾ ਰਿਕਾਰਡ ਆ ਉਹਦੇ ਕੋਲ ਜਿਹਨੂੰ ਸੰਭਾਲਣ ਦੀ ਲੋੜ ਆ, ਉਹ ਸਿੱਖ ਵਿਦਵਾਨ ਵੀ ਆ, ਆਪਣੇ ਆਪ 'ਚ ਕੈਲੰਡਰਾਂ ਦਾ ਮਾਹਰ ਵੀ ਆ, ਉਹਦੀ ਵਿਰਾਸਤ ਨੂੰ ਸਾਂਭਣ ਦੀ ਲੋੜ ਆ, ਜਿਹੜੀ ਉਮਰ 'ਚ ਪਹੁੰਚਿਆ ਪਿਆ ਉਹਨੂੰ ਸੰਭਾਲਣ ਦੀ ਲੋੜ ਹੈ, ਅਤੇ ਸੰਭਾਲਣ ਵਾਲੇ ਕੌਣ ਆ? ਜਦੋਂ ਕੈਲੰਡਰ ਬਾਰੇ ਵਿਵਾਦ ਖੜ੍ਹਾ ਹੋਇਆ ਜੀ, ਅੰਮ੍ਰਿਤਸਰ ਸੱਦਿਆ ਗਿਆ, ਅਤੇ ਅੰਮ੍ਰਿਤਸਰ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਦੋਂ ਉੱਥੇ ਵਿਚਾਰ ਗੋਸ਼ਟੀ ਹੁੰਦੀ ਪਈ ਸੀ, ਅਤੇ ਵਿਰੋਧ ਕਰਨ ਵਾਲਿਆਂ 'ਚੋਂ ਇੱਕ ਜਣਾ ਜਾ ਕੇ ਨਾ ਕਹਿੰਦਾ ਇੱਕ ਮਿੰਟ ਮੈਂ ਜੱਫੀ ਪਾ ਰਹੀ, ਜੱਫੀ ਪਾ ਕੇ ਮਿਲਣ ਲੱਗਾ ਅਤੇ ਮਿਲਦਿਆਂ ਸਾਰਿਆਂ ਨੂੰ ਰੌਲਾ ਪਾਤਾ, ਇਹਨੇ ਤਾਂ ਗਾਤਰਾ ਨਹੀਂ ਪਾਇਆ। ਉਸ ਵਕਤ ਕੈਲੰਡਰ ਦੀ ਬਹਿਸ ਹੋ ਰਹੀ ਸੀ, ਮਤਲਬ ਇੱਦਾਂ ਦੇ ਨੁਕਤੇ ਲੱਭ ਕੇ ਉਹਨੂੰ ਜਾਣ ਬੁੱਝ ਕੇ ਜ਼ਲੀਲ ਕੀਤਾ ਜਾ ਰਿਹਾ। ਮੈਂ ਕੈਲੰਡਰਾਂ ਦਾ ਕੋਈ ਮਾਹਰ ਨਹੀਂ, ਮੈਂ ਕੈਲੰਡਰ ਦੇ ਉੱਤੇ ਕੋਈ ਰਾਏ ਨਹੀਂ ਦਊਂ, ਮੈਨੂੰ ਕੋਈ ਤਿੱਥਾਂ ਤਿਉਹਾਰਾਂ ਦਾ ਪਤਾ ਨਹੀਂ, ਪਰ ਜਿਹੜੇ ਚਲਾਉਣ ਵਾਲੇ ਆ, ਜੇ ਉਹਨਾਂ ਗੁਰਪੁਰਬਾਂ ਅਤੇ ਪੁਰਬਾਂ ਅਤੇ ਬਾਕੀ ਉਤਸਵਾਂ ਦੇ ਨਾਲ ਕਿਤੇ ਕੋਈ ਅੜਾਉਣੀ ਪੈਂਦੀ ਹੈ ਤਾਂ ਬੈਠ ਕੇ ਫੈਸਲਾ ਕਰ ਲੈਣ। ਨਾਨਕਸ਼ਾਹੀ ਕੈਲੰਡਰ ਜਦੋਂ ਤੀਸਰੀ ਵਾਰੀ ਸੋਧਿਆ, ਇੱਥੇ ਅੰਮ੍ਰਿਤਸਰ ਦੇ ਵਿੱਚੋਂ ਅਕਾਲ ਤਖ਼ਤ ਦੇ ਜਥੇਦਾਰ ਨੇ ਕਹਿ ਤਾ ਜੀ 5 ਪਿਆਰਿਆਂ ਨੇ ਸੋਧ ਦਿੱਤਾ, ਅਤੇ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹਦਾ ਜਥੇਦਾਰ ਉਦੋਂ ਭਾਈ ਬਲਵੰਤ ਸਿੰਘ ਆਨੰਦਗੜ੍ਹ ਹੁੰਦਾ ਸੀ, ਉਹਨੇ ਉੱਥੋਂ ਬਠਿੰਡੇ ਤੋਂ ਬਿਆਨ ਦਿੱਤਾ, ਕਹਿੰਦਾ ਦੁਪਹਿਰੇ ਮੀਟਿੰਗ ਦੇ ਵਿੱਚ ਮੈਂ ਆਪ ਸਾਂ, ਉੱਥੇ ਤਾਂ ਸੋਧਿਆ ਨਹੀਂ, ਅਕਾਲ ਤਖ਼ਤ ਦਾ ਜਥੇਦਾਰ ਕਿੱਦਾਂ ਕਹਿੰਦਾ ਸੋਧਿਆ, ਮੈਂ ਵਿੱਚ ਸਾਂ, ਅਸੀਂ ਤਾਂ ਸੋਧਿਆ ਹੀ ਨਹੀਂ। ਰੇੜਕਾ ਉਦੋਂ ਹੀ ਪੈ ਗਿਆ ਕਿ ਅੰਮ੍ਰਿਤਸਰ ਵਾਲਾ ਜਥੇਦਾਰ ਕਹਿੰਦਾ ਵੀ ਸੋਧ ਦਿੱਤਾ, ਅਤੇ ਤਲਵੰਡੀ ਸਾਹਿਬ ਵਾਲਾ ਕਹਿੰਦਾ ਮੈਂ ਸੋਧਿਆ ਹੀ ਨਹੀਂ, ਅਸੀਂ ਤਾਂ ਮੰਨੇ ਨਹੀਂ। ਇਹਦੇ ਉੱਤੇ ਰੇੜਕਾ ਇੰਨਾ ਜ਼ਿਆਦਾ ਪਿਆ ਫਿਰਦਾ। ਇਹੋ ਜਿਹੀਆਂ ਗੱਲਾਂ ਨੂੰ ਕਦੇ ਵੀ ਉਹਨਾਂ ਲੋਕਾਂ ਦੇ ਹੱਥਾਂ 'ਚ ਨਹੀਂ ਦਿੱਤਾ ਜਾ ਸਕਦਾ ਜਿਨ੍ਹਾਂ ਨੇ ਕੁਛ ਪੜ੍ਹਿਆ ਨਹੀਂ, ਜਿਹੜੇ ਗਿਣਤੀ ਵੀ ਕਰਨੀ ਹੋਵੇ ਅਤੇ ਕਹਿੰਦੇ 100 ਦੇ ਉੱਤੇ ਜਾ ਕੇ ਫਿਰ 101 ਨਹੀਂ ਗਿਣਦੇ, ਉਹ ਕਹਿੰਦੇ 5 ਵੀਆਂ ਉੱਤੇ 1, 5 ਵੀਆਂ ਉੱਤੇ 2, ਉਹ ਬੰਦੇ ਗਿਣਤੀਆਂ ਕਰਦੇ ਪਏ ਨੇ, ਉਹਨਾਂ ਨੂੰ ਪਤਾ ਨਹੀਂ ਕੋਈ ਕੈਲੰਡਰਾਂ ਦਾ। ਇਹਦੇ ਉੱਤੇ ਜੇ ਲਾਉਣੇ ਆ ਤਾਂ ਕੁਛ ਸਿਆਣੇ ਬੰਦੇ ਲਾਏ ਜਾਣ, ਕੁਛ ਗਿਣਤੀਆਂ ਮਿਣਤੀਆਂ ਦੇ ਮਾਹਰ ਲਾਏ ਜਾਣ, ਕੁਝ ਤਾਰਾ ਵਿਗਿਆਨ ਦੇ ਸਪੇਸ ਦੇ ਜਿਹੜੇ ਨਵੀਂ ਤਕਨੀਕ ਹੈ ਉਹਦੇ ਮਾਹਰ ਲਾਏ ਜਾਣ, ਉਹਨਾਂ ਮਾਹਰਾਂ ਨੂੰ ਪਾਲ ਸਿੰਘ ਪੁਰੇਵਾਲ ਹੋਰਾਂ ਦੇ ਨਾਲ ਬਿਠਾਇਆ ਜਾਵੇ, ਜਾਂ ਇਹ ਕੈਲੰਡਰ ਸ਼ੁਰੂ ਨਾ ਕੀਤਾ ਜਾਂਦਾ,
जे शुरू कर लिया सी तो हुण इहदे सवाल दे कोई मसला हल होना चाहिए। उस बंदे नूं ये पुछो कि इंग्लैंड का कैलेंडर जिहड़ा की है, वह कहिंदे जी इंग्लैंड के कैलेंडर भी एक नहीं दो नहीं तीन ने, उहदे विच फोल के फट कहिंदा फलाने च आया, फलाने च जून बारे आया वा जुलाई बारे कली उहदे पोटियां ते आ। उहनूं पुछो जी यूनानी सभ्यता जदों हुंदी सी उदों कहिड़ा कैलेंडर सी, उह तुहानूं उह दस देगा। उहनूं पुछो जी मिस्र की सभ्यता रोमन सभ्यता, उहने पुराना इतिहास जिथों सभ्यता तुरदी है सिविलाइजेशन तुरदी है जी उदों तो लैके कैलेंडरां दा इतिहास, फिर उहने इह सूरजीत समय के मुताबिक हुई, चंद्रमा के समय के मुताबिक हुई, सारे के मुताबिक इन्नी ज़्यादा उन्हें स्टडी की है कि मैं अणमन्या जहाँ 5 मिनट वास्ते गया सा तो मैं सवा घंटे के करीब उत्थे बैठा रहा तो औखा होकर भी बैठा। मैनू ये समझ लगी कि साढ़े कोल जिन्ने एक विद्वान ने असी विद्वानों के संघा में बिंग देंदे पे हाँ कि अगे तो कोई बोले ना, असी ज्ञान का रस्ता रोकते पे हाँ, वो गोष्ठी करनी है तो कोई ज्ञान वाले बंदे बिठाने चाहिए आ, वो नहीं बिठाने चाहिए जेडे डांग सोटे की भाषा जानते हैं, इतने कोई फैसला होना चाहिए जी। ਪਨੂ ਸਾਹਿਬ ਅਗਲੇ ਸਵਾਲ ਤੋਂ ਪਹਿਲਾਂ ਅਸੀਂ ਇੱਕ ਵਾਰ ਫਿਰ ਤੋਂ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟ ਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ, ਤੇ ਸਭ ਤੋਂ ਜ਼ਰੂਰੀ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਨੂ ਸਾਹਿਬ, ਪਠਾਨਕੋਟ ਦੇ ਏਅਰਬੇਸ 'ਤੇ ਹੋਏ ਹਮਲੇ ਦੇ ਦੌਰਾਨ ਚਰਚਾ ਦੇ ਵਿੱਚ ਆਏ SP ਸਲਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਨੇ ਨੌਕਰੀ ਤੋਂ ਜਬਰੀ ਰਿਟਾਇਰ ਕਰ ਦਿੱਤਾ ਹੈ, ਇਸ ਬਾਰੇ ਤੁਸੀਂ ਕੀ ਕਹੋਗੇ? ਇਹ ਇੱਕ ਨਾ ਇੱਕ ਦਿਨ ਹੋਣਾ ਹੀ ਸੀ। ਪਿਛਲੀ ਸਰਕਾਰ SP ਸਲਵਿੰਦਰ ਸਿੰਘ ਦੇ ਬਾਰੇ ਲਿਆਜੂ ਸੀ। ਪਠਾਨਕੋਟ ਦੇ ਏਅਰਬੇਸ ਦੇ ਉੱਤੇ ਜਦੋਂ ਹਮਲਾ ਹੋਇਆ, ਉਸ ਹਮਲੇ ਤੋਂ ਪਹਿਲਾਂ ਇਹ ਬਾਰਡਰ ਦੇ ਕੰਢੇ 'ਤੇ ਇੱਕ ਪੀਰ ਦੀ ਦਰਗਾਹ 'ਤੇ ਗਿਆ ਸੀ। ਵਾਪਸ ਆਉਂਦਿਆਂ ਨੂੰ ਅੱਤਵਾਦੀਆਂ ਨੇ ਘੇਰ ਲਿਆ, ਦੀ ਗੱਡੀ 'ਚ ਬਹਿ ਗਏ, ਇਹਨੂੰ ਕੁੱਟ ਕੇ ਰਸਤੇ 'ਚ ਸੁੱਟ ਗਏ, ਅਤੇ ਬੰਦਾ ਇੰਨਾ ਬੇਪ੍ਰਤੀਤਾ ਸੀ ਕਿ ਇਹਨੇ ਪੁਲਿਸ ਨੂੰ ਫੋਨ ਕੀਤਾ ਕਿ ਅੱਤਵਾਦੀ ਮੈਨੂੰ ਇੱਥੇ ਕੁੱਟ ਕੇ ਸੁੱਟ ਗਿਆ ਅਤੇ ਗੱਡੀ ਖੋਹ ਕੇ ਲੈ ਗਏ। ਕਿਸੇ ਪੁਲਿਸ ਅਫਸਰ ਨੂੰ ਉਹਦੀ ਗੱਲ 'ਤੇ ਯਕੀਨ ਨਹੀਂ ਆਇਆ, ਕਿਉਂਕਿ ਯਕੀਨ ਦੇ ਕਾਬਲ ਨਹੀਂ ਸੀ ਬੰਦਾ ਜੀ। ਪਹਿਲਾਂ ਇਹਦਾ ਕਰੈਕਟਰ ਖਰਾਬ ਸੀ, ਇਹਦੇ ਖਿਲਾਫ਼ ਅੱਧੀ ਪੁਲਿਸ ਤਾਂ ਸ਼ਿਕਾਇਤਾਂ ਕਰੀ ਬੈਠੀ ਹੈ, ਕੁੜੀਆਂ ਨੇ ਵੀ ਸ਼ਿਕਾਇਤਾਂ ਕੀਤੀਆਂ, ਮੁੰਡਿਆਂ ਵੀ ਕੀਤੀਆਂ ਸੀ, ਇਹ ਫਸਿਆ ਪਿਆ ਸੀ। ਉਹਦੇ ਬਾਅਦ ਪਠਾਨਕੋਟ 'ਤੇ ਏਅਰਬੇਸ 'ਤੇ ਜਦੋਂ ਹਮਲਾ ਹੋ ਗਿਆ, ਉਸ ਹਮਲੇ 'ਚ ਇਹਦਾ ਨਾਂ ਆਉਂਦਾ ਰਿਹਾ ਕਿ ਬੰਦੇ ਇਹਦੀ ਗੱਡੀ 'ਤੇ ਚੜ੍ਹ ਕੇ ਆਏ ਆ। ਇਹ ਕਹਿੰਦਾ ਸੀ ਮੈਂ ਪੀਰ 'ਤੇ ਮੱਥਾ ਟੇਕਣ ਗਿਆ, ਲੋਕ ਰਿਕਾਰਡ ਇਹ ਕਹਿੰਦਾ ਸੀ ਕਿ ਟੋਲ ਪਲਾਜ਼ਾ ਤੋਂ ਜਦੋਂ ਲੰਘਿਆ ਅਤੇ ਪੀਰ ਦੀ ਦਰਗਾਹ ਤੱਕ ਜਾਂਦਿਆਂ 'ਤੇ ਲੱਗਦਾ ਅੱਧਾ ਪੌਣਾ ਘੰਟਾ, ਅਤੇ ਇਹ 2 ਘੰਟਿਆਂ ਤੋਂ ਵੱਧ ਸਮਾਂ ਕਿੱਥੇ ਕਿੱਥੇ ਰਿਹਾ ਜੀ। ਉਹਦੇ ਵਿੱਚ ਹੀ ਚਰਚਾ ਆਉਂਦੀ ਸੀ, ਇੱਕ ਸਾਬਕਾ ਮੰਤਰੀ ਦੇ ਕੋਲ ਵੀ ਗਿਆ, ਸਾਬਕਾ ਮੰਤਰੀ ਹਮੇਸ਼ਾ ਤੋਂ ਚਰਚਿਆਂ 'ਚ ਰਿਹਾ। ਮੁਆਫ਼ ਕਰਨਾ, ਲੋਕ ਬੜੀਆਂ ਗੱਲਾਂ ਕਰਦੇ ਪਏ ਨੇ। ਦੀਨਾਨਗਰ ਦੇ ਥਾਣੇ ਦੇ ਉੱਤੇ ਹਮਲਾ ਹੋਇਆ ਸੀ, ਦੀਨਾਨਗਰ ਤੋਂ ਪਾਰਲੇ ਪਾਸੇ ਪਾਕਿਸਤਾਨ ਦਾ ਡਿਸਟ੍ਰਿਕਟ ਹੈੱਡਕੁਆਟਰ ਸ਼ਕਰਗੜ੍ਹ, ਆਪੋ 'ਚ 18 ਕਿਲੋਮੀਟਰ ਹੈ ਜੀ, ਦੋਵਾਂ ਦੇ ਵਿਚਾਲਿਓਂ ਬਾਰਡਰ ਲੰਘਦਾ, ਉਸ ਬਾਰਡਰ ਦੇ ਲਾਗਿਓਂ ਰੋਈ ਲੰਘਦੀ ਹੈ, ਅਤੇ ਜਦੋਂ ਉੱਧਰ ਨੂੰ ਸਿੱਧਾ ਐਨ ਸੇਧ ਵਿੱਚ ਵੇਖੋ ਅਤੇ ਰਸਤੇ 'ਚ ਇੱਕ ਛੋਟਾ ਜਿਹਾ ਪਿੰਡ ਇਹੋ ਜਿਹਾ ਆਉਂਦਾ ਰੋਈ ਲੰਘ ਕੇ, ਅਤੇ ਬਾਰਡਰ ਤੋਂ ਪਹਿਲਾਂ ਜਿੱਥੇ ਇੱਕ ਸਾਬਕਾ ਮੰਤਰੀ ਦਾ ਫਾਰਮ ਹਾਊਸ ਹੈ, ਉਹ ਫਾਰਮ ਹਾਊਸ ਵਿੱਚ ਚਰਚਿਤ ਹੈ। ਉਹਨਾਂ ਗੱਲਾਂ ਦੇ ਬਾਰੇ 'ਚ ਬਹੁਤ ਕੁਛ ਸੀਗਾ ਜਿਨ੍ਹਾਂ ਦੀ ਪੂਰੀ ਪੜਤਾਲ ਹੀ ਨਹੀਂ ਕਦੀ ਹੋ ਸਕੀ। ਇਸ ਬੰਦੇ ਦੇ ਬਾਰੇ ਪੜਤਾਲ ਕੀਤੀ ਜਾਵੇ, ਪਤਾ ਨਹੀਂ ਕਿਹਦੇ ਕਿਹਦੇ ਤੱਕ ਗੱਲਾਂ ਆਉਣੀਆਂ, ਔਰ ਪੜਤਾਲ ਹੋਣੀ ਚਾਹੀਦੀ ਹੈ। ਜੇ ਉਹ ਸਾਬਕਾ ਮੰਤਰੀ ਦੇ ਬਾਅਦ ਵਿੱਚ ਵੀ ਇਹ ਕੇਸ ਬਣ ਗਿਆ, ਉਹ ਆਪਣੀ ਥਾਂ ਜੇਲ੍ਹ 'ਚ ਆ, ਇਹਦੀ ਪੜਤਾਲ ਹੋਣੀ ਚਾਹੀਦੀ ਕਿ ਕੀ ਕੁਛ ਆ। ਦੀਨਾਨਗਰ ਤੋਂ ਸ਼ਕਰਗੜ੍ਹ ਦੇ ਵਿਚਾਲੇ ਉਹ ਲੰਘਾ ਵੀ ਕਿਸੇ ਤਰੀਕੇ ਉਹਨਾਂ ਅੱਤਵਾਦੀਆਂ ਵਰਤਿਆ ਹੋਇਆ ਜਿਹੜੇ ਉੱਥੋਂ ਆਏ ਆ। ਇਸ SP ਸਲਵਿੰਦਰ ਸਿੰਘ ਦੇ ਕੇਸ ਦੀ ਪੜਤਾਲ 1 ਨਹੀਂ 2 ਨਹੀਂ ਕਈਆਂ ਪਾਸਿਆਂ ਤੋਂ ਹੋਈ ਜੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਾਲਿਆਂ ਨੇ ਮੈਨੂੰ ਸੱਦ ਕੇ ਪੁੱਛਿਆ, ਅੰਤ ਨੂੰ ਫਿਰ ਕਿਸੇ ਨਾ ਕਿਸੇ ਰੂਪ ਬਣ ਜਾਂਦਾ ਸੀ। ਹੁਣ ਪੰਜਾਬ ਸਰਕਾਰ ਨੇ ਇੱਕ ਕਮੇਟੀ ਬਣਾਈ ਹੋਈ ਆ ਚੀਫ ਸੈਕਟਰੀ ਦੀ ਅਗਵਾਈ 'ਚ, ਜਿਹੜੀ SP ਜਾਂ SP ਤੋਂ ਉੱਪਰਲੇ ਪੱਧਰ ਦੇ ਅਫਸਰਾਂ ਦੇ ਮਾਮਲੇ ਵਿਚਾਰਨ ਵਾਸਤੇ ਇਹ ਫੈਸਲਾ ਦਿੰਦੀ ਹੈ ਕਿ ਇਹ ਬੰਦਾ ਰੱਖਣ ਦੇ ਕਾਬਲ ਆ, ਸਰਵਿਸ ਵਿੱਚ ਕੇ ਕੱਢ ਦੇਣਾ ਚਾਹੀਦਾ। ਉਸ ਕਮੇਟੀ 'ਚ ਇਹਦਾ ਕੇਸ ਪੇਸ਼ ਹੋਇਆ, ਸਾਡੀ ਪੰਜਾਬ ਦੀ ਪੁਲਿਸ ਦੇ ਹੁਣ ਵਾਲੇ DGP ਸਾਹਿਬ ਨੇ ਅਤੇ ਅਫਸਰਾਂ ਨੇ ਲਿਖ ਕੇ ਭੇਜਿਆ ਕਿ ਬੰਦਾ ਪੁਲਿਸ ਵਿੱਚ ਰੱਖਣ ਦੇ ਕਾਬਲ ਨਹੀਂ, ਚਲਾ ਗਿਆ। ਹੋਮ ਸੈਕਟਰੀ ਨੇ ਪ੍ਰਵਾਨਗੀ ਦੇ ਦਿੱਤੀ, ਫਿਰ ਉਹ ਉੱਥੇ ਉਸ ਚੀਫ ਸੈਕਟਰੀ ਵਾਲੀ ਕਮੇਟੀ 'ਚ ਗਿਆ, ਕਮੇਟੀ ਨੇ ਫਾਈਨਲੀ ਫੈਸਲਾ ਦਿੱਤਾ, ਬੰਦੇ ਨਾਲ
ਅੱਜ ਨਹੀਂ ਕੱਲ੍ਹ ਸੀ, ਆਖਰ ਨੂੰ ਇਹੋ ਹੀ ਹੋਣੀ ਸੀ ਜਿਹੜੀ ਹੋ ਗਈ। ਜੀ ਪੰਨੂ ਸਾਹਿਬ, ਭਾਰਤ ਵਿੱਚੋਂ ਭੇਜੀ ਗਈ ਕਣਕ ਜਦੋਂ ਈਰਾਨ ਦੀ ਬੰਦਰਗਾਹ ਚਾਬਹਾਰ 'ਤੇ ਪਹੁੰਚੀ ਤਾਂ ਖਬਰ ਆਈ ਕਿ ਪਾਕਿਸਤਾਨ ਦੇ ਪੇਸ਼ਾਵਰ ਦੀਆਂ ਆਟੇ ਦੀਆਂ ਮਿੱਲਾਂ ਬੰਦ ਹੋ ਗਈਆਂ। ਆਖਿਰਕਾਰ ਉਹਨਾਂ ਮਿੱਲਾਂ 'ਤੇ ਇਸ ਤਰ੍ਹਾਂ ਦਾ ਅਸਰ ਕਿੱਦਾਂ ਪੈ ਗਿਆ? ਇਹ ਬਹੁਤ ਹੈਰਾਨੀ ਵਾਲੀ ਗੱਲ ਹੈ। ਅਜੇ ਤਾਂ ਇਹ ਆ ਕਿ ਕਣਕ ਭਾਰਤ ਦੀ, ਬੰਦਰਗਾਹ ਈਰਾਨ ਦੀ, ਜੀ ਮਿੱਲਾਂ ਬੰਦ ਹੋਈਆਂ ਪਾਕਿਸਤਾਨ ਦੇ ਪੇਸ਼ਾਵਰ 'ਚ, ਤਿੰਨ ਦੇਸ਼ ਹੋ ਗਏ ਅੱਡ ਅੱਡ, ਇਹ 'ਚ ਚੌਥਾ ਦੇਸ਼ ਵੀ ਇੱਕ ਆਉਂਦਾ। ਕਾਰਨ ਬਣਿਆ ਅਫਗਾਨਿਸਤਾਨ, ਉਹਦਾ ਕਾਰਨ ਇਹ ਬਣਦਾ ਕਿ ਅਫਗਾਨਿਸਤਾਨ 'ਚ ਕਣਕ ਦੀ ਲੋੜ ਪੂਰੀ ਨਹੀਂ ਹੁੰਦੀ, ਬਹੁਤ ਘੱਟ ਹੁੰਦੀ, ਉੱਥੇ ਨਾ ਹੋਇਆਂ ਵਰਗੀ, ਬਹੁਤ ਹੀ ਆਸੇ ਪਾਸੇ ਮੰਗਾਉਂਦੀ ਹੈ। ਜੀ ਹੁਣ ਤੱਕ ਉਹਨਾਂ ਦੀ ਲੋੜ ਦਾ 35% ਤੋਂ ਵੱਧ ਹਿੱਸਾ ਆਟਾ ਅਤੇ ਕਣਕ ਇੱਥੋਂ ਪਾਕਿਸਤਾਨ 'ਚੋਂ ਜਾਂਦਾ ਸੀ ਅਫਗਾਨਿਸਤਾਨ 'ਚ, ਅਤੇ ਪਾਕਿਸਤਾਨ ਦੇ ਵਿੱਚੋਂ ਪੇਸ਼ਾਵਰ ਤੋਂ ਅਤੇ ਖੈਬਰ ਪਖਤੂਨਖਵਾ ਸਟੇਟ, ਪੇਸ਼ਾਵਰ ਤਾਂ ਉਹਨਾਂ ਦੀ ਰਾਜਧਾਨੀ ਹੈ, ਪੇਸ਼ਾਵਰ ਦੇ ਆਸੇ ਪਾਸੇ ਤੋਂ ਘੁੰਮ ਘੁੰਮਾ ਕੇ ਖੈਬਰ ਪਖਤੂਨਖਵਾ ਤੋਂ ਜਾਂਦਾ ਸੀ। ਪਾਕਿਸਤਾਨ ਵਾਲਿਆਂ ਨੇ ਇਹ ਚੁਸਤੀ ਕੀਤੀ ਕਿ ਚੀਨ ਨਾਲ ਮਿਲ ਕੇ ਅਤੇ ਇੱਕ ਕੋਰੀਡੋਰ ਬਣਵਾ ਦਿੱਤਾ ਜਿਹੜਾ ਗਵਾਦਰ ਦੀ ਬੰਦਰਗਾਹ ਤੱਕ ਜਾਂਦਾ। ਗਵਾਦਰ ਦੀ ਬੰਦਰਗਾਹ ਤੋਂ 60-70 ਕਿਲੋਮੀਟਰ ਅਗਲੇ ਪਾਸੇ ਈਰਾਨ ਸ਼ੁਰੂ ਹੋ ਜਾਂਦਾ ਜੀ, ਅਤੇ ਚੀਨ ਵਾਲਿਆਂ ਨੂੰ ਉੱਦਾਂ ਸਮੁੰਦਰੀ ਜਹਾਜ਼ ਸਾਡੇ ਭਾਰਤ ਦੇ, ਬੰਗਲਾਦੇਸ਼ ਦੇ, ਸ਼੍ਰੀਲੰਕਾ ਦੇ ਉੱਪਰ ਦੇ ਘੁੰਮਾ ਕੇ ਲਿਆਉਣਾ ਪੈਂਦੇ ਸੀ, 2 ਮਹੀਨੇ ਲੱਗ ਜਾਂਦੇ ਸੀ। ਹੁਣ ਜਿਹੜਾ ਨਜਾਇਜ਼ ਕਬਜ਼ੇ ਕੀਤਾ ਕਸ਼ਮੀਰ ਦਾ ਇਲਾਕਾ ਪਾਕਿਸਤਾਨ ਨੇ, ਉਹਦੇ ਵਿੱਚ ਦੀ ਕਰਾਕੁਰਮ ਸ਼ਾਹਰਾਹ ਬਣਾਇਆ, ਐਬਟਾਬਾਦ ਦੀ ਫੌਜੀ ਛਾਉਣੀ ਤੋਂ ਲਗਾਇਆ, ਅਤੇ ਗਵਾਦਰ ਲੈ ਜਾਂਦੇ ਆ ਅਤੇ ਉੱਥੋਂ 6 ਦਿਨਾਂ 'ਚ ਇਹਨਾਂ ਦਾ ਮਾਲ ਪਹੁੰਚ ਜਾਂਦਾ ਚੀਨ ਦਾ ਜੀ, ਕਿਉਂਕਿ ਚੀਨ ਨੂੰ ਇਹਨੇ ਰੂਟ ਦੇ ਦਿੱਤਾ। ਭਾਰਤ ਦੇ ਸੰਬੰਧ ਈਰਾਨ ਨਾਲ ਵੀ ਚੰਗੇ ਆ ਇਸ ਵੇਲੇ, ਅਤੇ ਅਫਗਾਨਿਸਤਾਨ ਨਾਲ ਵੀ ਸਮਝੌਤਾ ਜੀ। ਭਾਰਤ ਨੇ ਅਫਗਾਨਿਸਤਾਨ ਨੂੰ ਆਖਿਆ ਜੀ ਤੁਹਾਡੀ ਲੋੜ ਅਸੀਂ ਫਿਰ ਕਣਕ ਦੀ ਪੂਰੀ ਕਰਾਂਗੇ, ਸਾਡੇ ਕੋਲ ਵਾਧੂ ਹੈ, ਇੱਥੇ ਦੇ ਕਿਸਾਨ ਪਹਿਲਾਂ ਹੀ ਭਾਅ ਮੰਗਦਾ ਪਿਆ, ਸਾਡੀ ਆਪਣੀ ਲੋੜ ਤੋਂ ਵਾਧੂ ਅਸੀਂ ਕਰ ਰਹੇ, ਤੁਹਾਨੂੰ ਭੇਜਾਂਗੇ। ਈਰਾਨ ਨਾਲ ਸਮਝੌਤਾ ਹੋ ਗਿਆ ਕਿ ਤੁਹਾਡੀ ਚਾਬਹਾਰ ਦੀ ਬੰਦਰਗਾਹ ਜਿਹੜੀ ਉਹਨੂੰ ਅਸੀਂ ਡਿਵੈਲਪ ਕਰਾਂਗੇ ਜਿੱਦਾਂ ਦੀ ਹੈਗੀ ਆ, ਇਹਦੇ ਨਾਲ ਹੋਰ ਇਹਦਾ ਵਿਕਾਸ ਕਰਾਂਗੇ, ਅਤੇ ਤੁਸੀਂ ਪਰਵਾਹ ਨਾ ਕਰਿਓ, ਅਸੀਂ ਤੁਹਾਡੀ ਮਦਦ ਕਰ ਰਹੇ। ਉਹਨੇ ਆਖਿਆ ਠੀਕ ਆ। ਭਾਰਤ ਨੇ ਜਾ ਕੇ ਉਹ ਏਅਰਪੋਰਟ ਜਿਹੜੀ ਚਾਬਹਾਰ ਆ ਉਹਨੂੰ ਡਿਵੈਲਪ ਕਰਨਾ ਸ਼ੁਰੂ ਕਰਤਾ, ਨਾਲ ਹੀ ਅਫਗਾਨਿਸਤਾਨ ਨੂੰ ਆਖਿਆ ਤੁਹਾਡੀ ਕਣਕ ਦੀ ਲੋੜ ਪੂਰੀ ਕਰਾਂਗੇ, ਅਫਗਾਨਿਸਤਾਨ ਨੂੰ ਸਮੁੰਦਰ ਨਹੀਂ ਲੱਗਦਾ, ਇੱਥੋਂ ਚਾਬਹਾਰ ਦੇ ਵਿੱਚੋਂ ਉਜ਼ਬੇਕਿਸਤਾਨ ਤੱਕ, ਤੁਰਕਮੇਨਿਸਤਾਨ ਤੱਕ, ਇਹਨਾਂ ਸਭ ਥਾਵਾਂ ਤੱਕ ਚਾਬਹਾਰ ਬੰਦਰਗਾਹ ਤੋਂ ਭਾਰਤ ਆਪਣਾ ਮਾਲ ਭੇਜ ਸਕਦਾ ਜੀ। ਔਰ ਇਹਨੇ ਅਫਗਾਨਿਸਤਾਨ ਨੂੰ ਆਖਿਆ ਕਿ ਅਸੀਂ ਤੁਹਾਡਾ ਇੱਧਰੋਂ ਤੁਹਾਨੂੰ ਮਾਲ ਸਪਲਾਈ ਕਰਾਂਗੇ। ਜਦੋਂ ਅਜੇ ਮਾਲ ਜਾਣਾ ਹੀ ਸ਼ੁਰੂ ਹੋਇਆ, ਅਜੇ ਤਾਂ ਪਹਿਲੇ 2-3 ਛਿਪ ਹੀ ਗਏ, ਔਰ ਭਾਰਤ ਨੇ ਇਹ ਕਹਿਤਾ ਕਿ ਅਜੇ ਨਵੰਬਰ ਚੱਲਦਾ ਪਿਆ, ਜਨਵਰੀ ਤੱਕ ਅਸੀਂ ਤੁਹਾਨੂੰ ਇੰਨਾ ਮਾਲ ਭੇਜ ਦਿਆਂਗੇ ਕਿ ਤੁਹਾਡੀ ਸਾਲ ਦੀ ਲੋੜ ਜਿਹੜੀ ਸਾਰੇ ਸਾਲ ਦੀ ਉਹਦਾ 15% ਪਹੁੰਚ ਜੇ। ਜੇ ਜਨਵਰੀ ਤੱਕ 15% ਪਹੁੰਚ ਜਾਣਾ, ਅਤੇ ਭਾਰਤ ਨੇ ਉੱਥੇ ਥੋੜ੍ਹਾ ਸਬਸਿਡਾਈਜ਼ ਵੀ ਕਰਨਾ, ਸਬਸਿਡੀ ਵੀ ਦੇਣੀ ਹੈ ਜੀ, ਅਤੇ ਜਿਹੜਾ ਉਹਨਾਂ ਨੇ ਪਾਕਿਸਤਾਨ ਤੋਂ ਮਹਿੰਗਾ ਲੈਣਾ ਸੀ, ਫਿਰ ਕਿਉਂ ਲੈਣਗੇ, ਆਪਣੇ ਮਿੱਤਰ ਦੇਸ਼ ਤੋਂ ਲੈਣਗੇ, ਸਸਤਾ ਵੀ ਲੈਣਗੇ, ਉਹ 'ਚ ਸਬਸਿਡੀ ਵੀ ਹੋਣੀ ਹੈ ਜੀ। ਇਸ ਕਰਕੇ ਜਦੋਂ ਇਹ ਮਿਲਣ ਲੱਗ ਪਿਆ, ਅਤੇ ਜਿਹੜੀਆਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸਟੇਟ ਦੇ ਵਿੱਚ ਪੇਸ਼ਾਵਰ ਦੇ ਆਸੇ ਪਾਸੇ ਵੱਡੀਆਂ ਵੱਡੀਆਂ ਆਟਾ ਮਿੱਲਾਂ ਸਨ, ਫਲੋਰ ਮਿੱਲਾਂ ਸਨ, ਜਿਨ੍ਹਾਂ 'ਚੋਂ ਆਟਾ ਨਿਕਲਦਾ ਅਤੇ ਧੜਾਧੜ ਅਫਗਾਨਿਸਤਾਨ ਜਾਂਦਾ ਸੀ, ਉਹ ਹੁਣ ਜਾਣਾ ਰੁਕ ਗਿਆ। ਉਹਦੇ ਵਿੱਚੋਂ ਤਕਰੀਬਨ 20-22%, ਅਜੇ 15% ਦੀ ਗੱਲ ਭਾਰਤ ਨੇ ਆਖੀ ਆ ਜੀ, ਪਰ ਉਹਨਾਂ 'ਚੋਂ 20-22% ਹੁਣੇ ਘੱਟ ਲੱਗਣ ਲੱਗ ਪਿਆ, ਅਤੇ ਪੇਸ਼ਾਵਰ ਦੀਆਂ ਮਿੱਲਾਂ ਬੰਦ ਹੋਣ ਲੱਗ ਪਈਆਂ। ਇਹ ਅਸਲ 'ਚ ਇੱਕ ਦੂਸਰੇ ਨੂੰ ਸ਼ਹਿ ਮਾਤ ਦੀ ਖੇਡ ਆ, ਜਿਹਦੇ ਵਿੱਚ ਪਾਕਿਸਤਾਨ ਚੀਨ ਨਾਲ ਰਲ ਕੇ ਸਾਨੂੰ ਮਾਤ ਦੇਣ ਦੀ ਕੋਸ਼ਿਸ਼ ਕਰ ਰਿਹਾ, ਪਰ ਭਾਰਤ ਕੱਚੀਆਂ ਗੋਲੀਆਂ 'ਤੇ ਕੋਈ ਵੀ ਨਹੀਂ ਖੇਡਿਆ ਹੁੰਦਾ। ਇਸ ਵਪਾਰ ਦੇ ਮਾਮਲਿਆਂ 'ਚ ਹਰ ਕੋਈ ਆਪਣੇ ਘਰ ਨੂੰ ਸਿਆਣਾ ਹੁੰਦਾ। ਭਾਰਤੀ ਸਰਕਾਰ ਨੇ ਜਿਹੜਾ ਇਹ ਰਾਹ ਚੁਣ ਲਿਆ ਚਾਬਹਾਰ ਵਾਲਾ, ਇਹਦੇ ਨਾਲ ਜਿਹੜਾ ਪਾਕਿਸਤਾਨ ਨੂੰ ਚੀਨ ਦਾ ਚਾਹ ਸੀ ਉਹ ਚਾਬਹਾਰ ਦੇ ਨਾਲ ਅਗਲੇ ਪਾਸੇ ਨਿਊਟਰਲਾਈਜ਼ ਹੋ ਜਾਣਾ, ਉਲਟਾ ਸਗੋਂ ਪਾਕਿਸਤਾਨ ਘਾਟੇ 'ਚ ਰਹੇਗਾ, ਅਤੇ ਜੇ ਘਾਟੇ 'ਚ ਰਿਹਾ ਤਾਂ ਘਾਟਾ ਖੈਬਰ ਪਖਤੂਨਖਵਾ ਸਟੇਟ ਦੇ ਉਹਨਾਂ ਲੋਕਾਂ ਨੂੰ ਪੈਣਾ ਜਿਹੜੇ ਪਹਿਲਾਂ ਚੀਨ ਦੇ ਇਸ ਕਾਰੀਡੋਰ ਦਾ ਵਿਰੋਧ ਕਰਦੇ ਪਏ ਆ, ਪਾਕਿਸਤਾਨ ਲਈ ਮੁਸ਼ਕਿਲਾਂ ਵਧਣਗੀਆਂ ਜੀ। ਪੰਨੂ ਸਾਹਿਬ, ਦਰਸ਼ਕਾਂ ਕੋਲੋਂ ਵੀ ਇਜਾਜ਼ਤ ਲੈਣ ਦਾ ਸਮਾਂ ਆ ਚੁੱਕਾ ਹੈ। ਸੋ ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਬਸ ਇੰਨਾ ਹੀ। ਮੈਨੂੰ ਮਨਪ੍ਰਤਿੰਦਰ ਸ਼ਰਮਾ ਨੂੰ ਅਤੇ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ। ਪ੍ਰ
प्राइम एशिया टीवी नूं तुसीं हुण इंडिया विच वी देख सकदे हो Amazon Fire Stick दे जरिए। इस तों इलावा असीं अवेलेबल हाँ Apple TV, Smart TV, Yap TV, Fastway Box चैनल नंबर 1 एंड अदर IPTV बॉक्सिस ते। जां तुसीं अपने Apple जां Android फोन विच साडी ऐप वी डाउनलोड कर सकदे हो। इस दे नाल ही असीं Xbox, PS4 ते होर बहुत सारे प्लेटफॉर्म्स ते अवेलेबल हाँ। ते सब तों जरूरी साडा YouTube चैनल सबसक्राइब करना ना भुलना। प्राइम एशिया टीवी तुहाडा अपना तुहाडे लई।